ਕਰੋਨਾ ਹੈ ਕੀ ਇਹਦੇ ਬਾਰੇ ਚ ਕੁਝ ਪਤਾ ਨਹੀਂ ਸਾਨੂੰ ਨਹੀਂ ਪਤਾ ਐਵੇਂ ਆਹੀ ਵੀ ਆਹੀ ਤਾਂ ਤੂੰ ਆਵਾਜ਼ ਹੀ ਸੁਣਨੇ ਪਿਆ ਕੀ ਆ ਜੀ ਕਰੋਨਾ ਵਜ ਜਾ ਇਹੋ ਗੱਲਬਾਤ ਅਸੀਂ ਸੁਣ ਰਹੇ ਹਾਂ ਕੋਈ ਮਾਸ ਨਹੀਂ ਮਿਲਦਾ ਪਿਆ ਕੋਈ ਦਸਤਾਨਾ ਨਹੀਂ ਮਿਲਦਾ ਪਿਆ ਆ ਅਸੀਂ ਕੰਮ ਕਰ ਰਹੇ ਹਾਂ ਅਤੇ ਤੁਹਾਨੂੰ ਸੈਨੀਟਾਈਜ਼ਰ ਹੁੰਦਾ ਲੋਸ਼ਨ ਇੱਕ ਜਿਹਦੇ ਨਾਲ ਹੱਥ ਸਾਫ਼ ਕਰੀਦੇ ਨੇ ਉਹ ਦਿੰਦੇ ਨੇ ਕੋਈ ਸ਼ੈ ਨਹੀਂ ਦੇ ਰਹੇ ਜੇ ਕੋਈ ਬਿਮਾਰੀ ਵਗੈਰਾ ਹੋਈ ਹੈ ਜਰਾਸੀਮਾ ਦੇ ਵਿੱਚ ਰਹਿ ਕੇ ਕੰਮ ਕਰਦੇ ਹੋ ਤਾਂ ਇਲਾਜ ਮੁਆਲਜੇ ਦੀ ਸਹੂਲਤ ਉਹ ਸਹੂਲਤ ਵੇਖ ਲਓ ਤੁਹਾਡੇ ਕੋਲ ਮੈਡੀਕਲ ਵੀ ਕੋਈ ਨਹੀਂ ਕਰ ਰਹੇ ਹੈ ਮੈਡੀਕਲ ਵੀ ਕੋਈ ਨਹੀਂ ਕਰ ਰਹੇ ਇੱਕ ਵਾਰੀ ਮੈਡੀਕਲ ਨਾਲ ਕੀਤਾ ਹੈ ਉਸ ਤੋਂ ਬਾਅਦ ਦੋ ਤਿੰਨ ਸਾਲ ਹੋ ਗਏ ਉਸ ਤੋਂ ਬਾਅਦ ਮੈਡੀਕਲ ਵੀ ਕੋਈ ਨਹੀਂ ਕੀਤਾ ਕਰੋਨਾ ਵਾਇਰਸ ਕੀ ਹੈ ਜਿਹੜੇ ਚਾਈਨਾ ਮੇ ਫਿਰਿਆ ਚੋਂ ਜਿਹੜੇ ਮਰੀਜ਼ ਹਸਪਤਾਲਾਂ 'ਚ ਦਾਖਲ ਹੋਏ ਨੇ ਉਹ ਹੋਏ ਨੇ ਫੈਲ ਗਿਆ ਸਾਰੇ ਪਾਸੇ ਇਹ ਹੋਇਆ ਕੰਮ ਬਸ ਤੁਹਾਨੂੰ ਪਤਾ ਹੈ ਕਿ ਕਰੋਨਾ ਇੱਕ ਜਰਾਸੀਮ ਹਾਂ ਜਰਾਸੀਮ ਹੈ ਉਸ ਜਰਾਸੀਮ ਤੋਂ ਬਚਣ ਲਈ ਕੁਛ ਕਰਦੇ ਪਏ ਹੋ ਤੁਸੀਂ ਹਾਂ ਕਰਨੇ ਆ ਉਹ ਗਲਬ ਦੇਣ ਦੇ ਬਚੀਏ ਜੇ ਜੇ ਗਲਬ ਨਾ ਦੇਣ ਤਾਂ ਕਿੱਥੇ ਬਚਣਾ ਸਕਣੇ ਮਾਸਕ ਮੂੰਹ ਤੇ ਪਾਈਦਾ ਉਹ ਤੁਹਾਨੂੰ ਮਿਲਦਾ ਉਹ ਜਦੋਂ ਲਿਆ ਕੇ ਆਉਂਦੇ ਨੇ ਤੁਲਕੀ ਵਾਲੇ ਉਹ ਦਿੰਦੇ ਨੇ ਮਾਸਕ ਨਹੀਂ ਤੇ ਨਹੀਂ ਅਭੀ ਨਹੀਂ ਦਿੱਤੇ ਚੱਬਾ ਜੀ ਤੁਹਾਨੂੰ ਪਤਾ ਕਰੋਨਾ ਵਾਇਰਸ ਕੀ ਹੈ ਜੀ ਸਰਕਾਰ ਵਾਇਰਸ ਹੈਗਾ ਮੌਤ ਹੈਗੀ ਹੈ ਅਤੇ ਹਰ ਮੁਲਕ 'ਚ ਸਹੂਲਤ ਅਤੇ ਸਾਨੂੰ ਸਹੂਲਤ ਨਹੀਂ ਹੈ ਅਤੇ ਲਿਆਦਾ ਮਾਸਕ ਨਹੀਂ ਹੈ ਬੂਟ ਨਹੀਂ ਹੈ ਵਰਦੀ ਨਵੀਂ ਨਹੀਂ ਹੈ ਲੋਕ ਫਿਰ ਵੀ ਬੜਾ ਪਰਹੇਜ਼ ਕਰ ਰਹੇ ਸਾਨੂੰ ਤਾਂ ਪਰਹੇਜ਼ ਵੀ ਕਿਸੇ ਚੀਜ਼ ਦਾ ਨਹੀਂ ਹੈਗਾ ਕਚਰੇ 'ਚ ਹੀ ਰਹਿ ਰਹੇ ਹਾਂ ਜੇ ਕਿਸੇ ਮੁਲਾਜ਼ਮ ਨੂੰ ਕੋਈ ਬਿਮਾਰੀ ਹੋਈ ਹੈ ਅਤੇ ਮਹਿਕਮਾ ਕੋਈ ਇਲਾਜ ਦੀ ਸਹੂਲਤ ਦਿੰਦਾ ਫਿਲਹਾਲ ਹਾਲੇ ਤੱਕ ਤਾਂ ਕਦੀ ਇਲਾਜ ਨਹੀਂ ਮਿਲਿਆ ਗਲਵਜ਼ ਵੀ ਨਹੀਂ ਪਾਏ ਹੋਏ ਸਰ ਹੈ ਹੀ ਨਹੀਂ ਤਾਂ ਪਾਣੇ ਕਿੱਥੋਂ ਨੇ ਮਿਲਦੇ ਹੀ ਨਹੀਂ ਕੋਈ ਚੀਜ਼ ਦੇਣ ਤਾਂ ਪਾਈਏ ਨਾ ਕੋਈ ਚੀਜ਼ ਹੈ ਹੀ ਨਹੀਂ ਨਾ ਮਾਸਕ ਨਾ ਵਰਦੀ ਹੈ ਤੁਰਕੀ ਦਾ ਠੇਕਾ ਖਤਮ ਹੋ ਗਿਆ ਲਿਆਦਾ ਉਹਦੀ ਗੱਲ ਤਾਂ ਕੋਈ ਚੀਜ਼ ਨਹੀਂ ਮਿਲਦੀ ਅੱਛਾ ਤੁਸੀਂ ਖਾਣਾ ਖਾ ਰਹੇ ਸੋ ਅਤੇ ਹੱਥ ਵੀ ਗੰਦੇ ਨੇ ਮਿੱਟੀ ਮੁੱਟੀ ਹੈਗੀ ਹੈ ਕੋਈ ਇਤਿਆਤ ਨਹੀਂ ਕੋਈ ਤੁਹਾਨੂੰ ਸੈਨੀਟਾਈਜ਼ਰ ਨਹੀਂ ਮਹਿਕਮਾ ਦੇ ਰਿਹਾ ਹੱਥ ਸਾਫ਼ ਕਰਨ ਲਈ ਨਹੀਂ ਮਹਿਕਮਾ ਤੁਹਾਨੂੰ ਸੈਨੀਟਾਈਜ਼ਰ ਦਿੰਦਾ ਹੱਥ ਧੋਣ ਦੇ ਲਈ ਨਹੀਂ ਅਤੇ ਜੇ ਕੋਈ ਬਿਮਾਰੀ ਬਿਮੂਰੀ ਦਾ ਕੋਈ ਮਸਲਾ ਬਣ ਜਾਏ ਅਤੇ ਇਲਾਜ ਦੀ ਕਾਰਡ ਉਹ ਇਮਰਾਨ ਖਾਨ ਦਾ ਉਹ ਚੱਲਦਾ ਕੋਈ ਨਹੀਂ ਨਹੀਂ ਉਸ ਕਾਰਡ ਤੋਂ ਇਲਾਵਾ ਮਹਿਕਮਾ ਤੁਹਾਡਾ ਕੋਈ ਸਹੂਲਤ ਦਿੰਦਾ ਕੋਈ ਵੀ ਨਹੀਂ ਮੈਡੀਕਲ ਦੀ ਕੋਈ ਸਹੂਲਤ ਕੋਈ ਵੀ ਨਹੀਂ ਕਰੋਨਾ ਵਾਇਰਸ ਦੇ ਬਾਰੇ ਕੁਝ ਪਤਾ ਤੁਹਾਨੂੰ ਹਾਂਜੀ ਸਰ ਬਿਮਾਰੀ ਦਾ ਤਾਂ ਪਤਾ ਚੱਲਿਆ ਵਾ ਬੜੀ ਸੁਣੀ ਕੋਈ ਇਤਿਆਤ ਕਰਦੇ ਪਏ ਇਤਿਆਤ ਸਰ ਇਹੋ ਜਿਹੇ ਦਸਤਾਨੇ ਪਾ ਰਹੇ ਹਾਂ ਅਸੀਂ ਤਾਂ ਦਸਤਾਨੇ ਤਾਂ ਤੁਹਾਡੇ ਖਰਾਬ ਨੇ ਤੁਹਾਨੂੰ ਅੱਛੇ ਵਾਲੇ ਦਸਤਾਨੇ ਉਹ ਜੀ ਆਉਂਦੇ ਨੇ ਅੱਜ ਨਹੀਂ ਹੈ ਕੱਲ੍ਹ ਦੇ ਦਾਂਗੇ ਪਰਸੋਂ ਦੇ ਦਾਂਗੇ ਇਸ ਤਰ੍ਹਾਂ ਅਤੇ ਮਾਸਕ ਤੁਹਾਨੂੰ ਦੇ ਰਹੀ ਹੈ ਕੰਪਨੀ ਮਾਸਕ ਵੀ ਨਹੀਂ ਮਿਲ ਰਿਹਾ ਅਤੇ ਜਰਾਸੀਮਾ ਦੇ ਤੁਸੀਂ ਇੰਨਾ ਨੇੜੇ ਹੈਗੇ ਹੋ ਇੰਨਾ ਕੰਮ ਕਰ ਰਹੇ ਹੋ ਲਾਹੌਰ ਨੂੰ ਸਾਫ਼ ਕਰਦੇ ਪਏ ਹੋ ਤੁਹਾਨੂੰ ਕੋਈ ਇਲਾਜ ਮੁਆਲਜੇ ਦੀ ਸਹੂਲਤ ਮਿਲਦੀ ਨਹੀਂ ਸਰ ਕੋਈ ਸਹੂਲਤ ਨਹੀਂ ਜੇ ਅਤੇ ਤੁਸੀਂ ਜਰਾਸੀਮਾ ਦੇ ਇੰਨਾ ਨੇੜੇ ਰਹਿੰਦੇ ਹੋ ਤੁਹਾਨੂੰ ਕੋਈ ਇਲਾਜ ਮੁਆਲਜੇ ਦੀ ਸਹੂਲਤ ਮਿਲਦੀ ਕੋਈ ਮੈਡੀਸਨ ਨਹੀਂ ਹੈ ਸਾਡੇ ਕੋਲ ਨਾ ਸਾਡੇ ਕੋਲ ਗਲਵਸ ਹੈ ਨਾ ਸਾਡੇ ਕੋਲ ਮਾਸਕ ਹੈ ਨਹੀਂ ਕੋਈ ਚੀਜ਼ ਨਹੀਂ ਹੈ ਸਾਡੇ ਕੋਲ ਸੈਨੀਟਾਈਜ਼ਰ ਤੁਹਾਨੂੰ ਮਿਲਣਾ ਚਾਹੀਦਾ ਲੋਸ਼ਨ ਜਿਹਦੇ ਨਾਲ ਹੱਥ ਸਾਫ਼ ਹੁੰਦੇ ਨੇ ਉਹ ਵੀ ਨਹੀਂ ਮਿਲਦਾ ਨਹੀਂ ਉਹ ਵੀ ਨਹੀਂ ਸਾਡੇ ਕੋਲ ਹੈ ਕੁਛ ਵੀ ਨਹੀਂ ਦਿੱਤਾ ਉਹਨਾਂ ਨੇ ਸਾਨੂੰ ਕਰੋਨਾ ਵਾਇਰਸ ਦੇ ਬਾਰੇ 'ਚ ਕੁਛ ਪਤਾ ਤੁਹਾਨੂੰ ਪਤਾ ਤਾਂ ਹੈ ਭਾਈ ਹੁਣ ਕੀ ਕਰੀਏ ਮਜਬੂਰੀ ਕੰਮ ਤਾਂ ਕਰਨਾ ਪੈਂਦਾ ਹੀ ਹੈ ਪੇਟ ਦੀ ਖਾਤਰ ਅਤੇ ਕਰੋਨਾ ਵਾਇਰਸ 'ਚ ਸਫਾਈ ਦਾ ਬੜਾ ਧਿਆਨ ਰੱਖਿਆ ਜਾਂਦਾ ਹੈਗਾ ਜਿਹੜਾ ਤੁਹਾਡਾ ਗਲਵਜ਼ ਹੈਗੇ ਨੇ ਮਾਸਕ ਹੈਗੇ ਨੇ ਇਹ ਠੀਕ ਨਹੀਂ ਹੈਗੇ ਤੁਹਾਨੂੰ ਕੰਪਨੀ ਨਹੀਂ ਦਿੰਦੀ ਸਹੂਲਤਾਂ ਕੰਪਨੀ ਭਾਈ ਪਹਿਲਾਂ ਦਿੰਦੀ ਸੀ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਨਹੀਂ ਮਿਲਦੇ ਨਹੀਂ ਪਿਆ ਇਲਾਜ ਮੁਆਲਜੇ ਦੀ ਉਹ ਵੀ ਅਜੇ ਤੱਕ ਕੋਈ ਚੁੱਪ ਪਤਾ ਨਹੀਂ ਹੈਗਾ ਪਤਾ ਸਿੰਘ ਦੱਸਿਆ ਨਹੀਂ ਹੈਗਾ ਐਲ ਡਬਲਿਊ ਐਮ ਸੀ ਸਾਲਾਨਾ ਅਰਬੋਂ ਰੁਪਏ ਲੈ ਰਹੀ ਹੈ ਐਲ ਡਬਲਿਊ ਐਮ ਸੀ ਕਾ ਕਾਮ ਹੈ ਕਿ ਆਪਣੇ ਵਰਕਰ ਕੋ ਸਹੂਲਤਾਂ ਦੇ ਇਨਕੋ ਇਲਾਜ ਮੁਆਲਜੇ ਕੀ ਸਹੂਲਤਾਂ ਮਿਲੇ ਇਨਕੋ ਮੁਕੰਮਲ ਇਕਵਿਪਮੈਂਟ ਮਿਲੇ ਲੇਕਿਨ ਇਹ ਵਰਕਰ ਜਿਸ ਕੀ ਵਜ੍ਹਾ ਸੇ ਲਾਹੌਰ ਸਾਫ਼ ਹੈ ਜਿਸ ਕੀ ਵਜ੍ਹਾ ਸੇ ਨਮਾਜ਼ੀ ਵਕਤ ਪਰ ਮਸਜਿਦ ਮੇ ਜਾ ਰਹੇ ਹੈ ਜਿਸ ਕੀ ਵਜ੍ਹਾ ਸੇ ਲਾਹੌਰ ਸ਼ਹਿਰ ਪਾਕਿਸਤਾਨ ਕੇ ਸਾਫ਼ ਸ਼ਹਿਰੋਂ ਮੇ ਆ ਰਹਾ ਹੈ ਉਸਕੋ ਕੋਈ ਸਹੂਲਤ ਨਹੀਂ ਦੀ ਜਾ ਰਹੀ ਹੈ ਇਹ ਲਮਹਾ ਫਿਕਰੀ ਹੈ ਇਨ ਲੋਕੋ ਕੇ ਸਾਥ ਹਮ ਕਿਆ ਕਰ ਰਹੇ ਹੈ ਔਰ ਉਲਟਾ ਹਮਨੇ ਫੀਲਡ ਮੇ ਫਿਰ ਕੇ ਦੇਖਾ ਹੈ ਕਿ ਇਨਕੇ ਪਾਸ ਮੁਕੰਮਲ ਔਜ਼ਾਰ ਨਹੀਂ ਹੈ ਸਫਾਈ ਕਰਨੇ ਕੇ ਲੀਏ ਇਨਕੇ ਪਾਸ ਇਲਾਜ ਮੁਆਲਜੇ ਕੀ ਸਹੂਲਤ ਨਹੀਂ ਹੈ ਸੈਲਰੀ ਨਹੀਂ ਮਿਲ ਰਹੀ ਬੱਚੇ ਪਰੇਸ਼ਾਨ ਹੈ ਦੁਕਾਨਦਾਰੋਂ ਸੇ ਯੇ ਝਿੜਕੀਆਂ ਖਾ ਰਹੇ ਹੈ ਅਫਸਰੋਂ ਸੇ ਯੇ ਝਿੜਕੀਆਂ ਖਾ ਰਹੇ ਹੈ ਇਨਕੇ ਬੱਚੇ ਰੋਟੀ ਸੇ ਪਰੇਸ਼ਾਨ ਹੈ ਵਰਕਰ ਬਤਾ ਰਹੇ ਹੈ ਕਿ ਉਨਕੇ ਬੱਚੋਂ ਕੇ ਪਾਸ ਕਿਤਾਬੇ ਵੀ ਨਹੀਂ ਹੈ ਇਨ ਹਾਲਾਤ ਮੇ ਇਨਹੋਨੇ ਬਿਮਾਰੀ ਸੇ ਕਿਆ ਲੜਨਾ ਹੈ ਇਹ ਤੋ ਆਪਣੇ ਪੇਟ ਕੀ ਜੰਗ ਵੀ ਬੜੀ ਮੁਸ਼ਕਲ ਸੇ ਲੜ ਰਹੇ ਯੇ ਹਮਾਰੇ ਲੀਏ ਲਮਹਾ ਫਿਕਰੀ ਹੈ ਅਫਸਰਾਨ ਬਾਲਾ ਕੇ ਲੀਏ ਮੈਂ ਕਹਤਾ ਹੂੰ ਕਿ ਉਨਕੋ ਇਸ ਬਾਤ ਕੇ ਬਾਰੇ ਮੇ ਨਾ ਜ਼ਰਾ ਇਨਸਾਨੀ ਹਮਦਰਦੀ ਕੇ ਸਾਥ ਦੇਖਣਾ ਚਾਹੀਏ ਸੋਚਣਾ ਚਾਹੀਏ ਕਿ ਹਮ ਕਿਆ ਕਰ ਰਹੇ ਹੈ ਹਮ ਸ਼ੁਕਰੀਆ ਅਦਾ ਕਰਤੇ ਹੈ ਨਿਊਜ਼ ਆਪਕਾ ਕਿ ਜਿਸ ਨੇ ਯੇ ਬੀੜਾ ਉਠਾਇਆ ਹੈ ਕਿ ਇਨ ਲੋਕੋ ਕੀ ਆਵਾਜ਼ ਉਠਾਨੀ ਹੈ ਆਪਕਾ ਬਹੁਤ ਬਹੁਤ ਸ਼ੁਕਰੀਆ ਸ਼ਾਹਿਦ ਮੁਸ਼ਤਾਕਾ ਸੀ ਕੈਮਰਾਮੈਨ ਜਵੇਦ ਰੋਬਨ ਕੇ ਸਾਥ